ਉਹਦੇ ਵਿੱਚ ਹਰ ਤਰ੍ਹਾਂ ਨਾਲ ਸਾਰੀ ਪੁਲਿਸ ਨੂੰ ਇਸ 'ਚ ਇਨਵੋਲਵ ਕੀਤਾ ਗਿਆ ਔਰ ਬਹੁਤ ਜ਼ਿਆਦਾ ਜੋ ਵੱਧ ਤੋਂ ਵੱਧ ਕੀਤਾ ਜਾ ਸਕਦਾ ਉਹ ਪੁਲਿਸ ਕਰ ਰਹੀ ਹੈ। ਇਸ ਸੰਬੰਧ ਦੇ ਵਿੱਚ ਕੱਲ੍ਹ ਕੋਈ ਇਤਲਾਹ ਮਿਲੀ ਸੀ ਵੀ ਬਾਰਡਰ ਤੋਂ ਬਾਹਰ ਕਿਵੇਂ ਪਾਕਿਸਤਾਨ ਦੇ ਬੰਦਿਆਂ ਨਾਲ ਮਿਲ ਕੇ ਇਹ ਸਮਗਲਿੰਗ ਹੀਰੋਇਨ ਦੀ ਕਰਦੇ ਆ। ਇਤਲਾਹ ਮਿਲਣ 'ਤੇ ਵਿਕਰਮਜੀਤ ਸਿੰਘ ਨੂੰ ਫੜਿਆ ਗਿਆ, ਉਹਦੇ ਨਾਲ ਉਹਦਾ ਦੋਸਤ ਦੇਬਾ ਵੀ ਸੀ। ਇਸ ਦੇਬੇ ਨੇ ਪਹਿਲਾਂ ਵੀ 3 ਕਿਲੋ ਜਿਹੜੀ ਸੀਗੀ ਹੀਰੋਇਨ ਬਾਹਰੋਂ ਪਾਕਿਸਤਾਨ ਤੋਂ ਮੰਗਵਾਈ ਸੀ, ਪਰ ਉਦੋਂ ਇਹਨੇ ਕਿਸੇ ਸੰਧੂ ਨਾਂ ਦੇ ਬੰਦੇ ਨੂੰ ਦਿੱਤੀ ਪਰ ਉਹ ਫੜਿਆ ਨਹੀਂ ਗਿਆ। ਬਟ ਹੁਣ ਇਨਫੋਰਮੇਸ਼ਨ ਪੱਕੀ ਸੀ, ਇਹਨੂੰ ਉੱਥੋਂ ਪਹਿਲੀ ਵਾਰ ਇੱਧਰ ਫੜਿਆ ਗਿਆ, ਫੜ ਕੇ ਨਾਲ ਲੈ ਕੇ ਜਾਇਆ ਗਿਆ, ਬਾਰਡਰ ਪਾਰ ਪਹੁੰਚਾਇਆ ਗਿਆ। ਬਾਰਡਰ ਪਾਰ ਪਹੁੰਚਾ ਕੇ ਕਿਵੇਂ ਟਰੈਕਟਰ ਦੀ ਪੱਟੀ ਦੇ ਵਿੱਚ ਲੈ ਕੇ ਆਉਂਦੇ ਆ, ਉਹ ਸਾਰੀ ਪੱਟੀ ਵੀ ਸਾਰਾ ਰਿਕਵਰ ਕਰਕੇ 1 ਕਿਲੋ 40 ਗ੍ਰਾਮ ਹੀਰੋਇਨ ਉੱਥੋਂ ਬਰਾਮਦ ਕੀਤੀ ਗਈ। ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹ ਕਿਹਨੂੰ ਇਹ ਦੇ ਰਹੇ ਆ, ਇਹਦੇ ਫੋਰਵਰਡ ਬੈਕਵਰਡ ਲਿੰਕੇਜ ਕੀ ਹੈ, ਉਹ ਸਾਰਾ ਅਸੀਂ ਲੱਭ ਰਹੇ ਹਾਂ। ਦੇਬਾ ਹਾਲੇ ਭੱਜਿਆ ਹੋਇਆ, ਦੇਬੇ ਨੂੰ ਵੀ ਅਸੀਂ ਫੜਾਂਗੇ। ਅਤੇ ਮੈਂ ਸਿਰਫ ਤੁਹਾਡੇ ਪ੍ਰੈਸ ਰਾਹੀਂ ਇਹੀ ਮੈਸੇਜ ਦੇਣਾ ਚਾਹੁੰਦਾ, ਵੱਧ ਤੋਂ ਵੱਧ ਇਨਫੋਰਮੇਸ਼ਨ ਸ਼ੇਅਰ ਕਰੋ। ਐਸੀ ਆਵਾਜ਼ ਉੱਠੀ ਹੈ, ਐਸਾ ਦੇਖੋ, ਮੈਂ ਤਾਂ ਕਿਤੇ ਜਾ ਨਹੀਂ ਰਿਹਾ ਜਾਂ ਮੈਂ ਤਾਂ ਕਿਸੇ ਨਾਲ ਬਹਿੰਦਾ ਨਹੀਂ, ਪਰ ਫਿਰ ਵੀ ਲੋਕ ਮੈਨੂੰ ਇਨਫੋਰਮੇਸ਼ਨ ਦਿੰਦੇ ਆ ਔਰ ਉਸ ਹਰ ਇਨਫੋਰਮੇਸ਼ਨ 'ਤੇ ਅਸੀਂ ਕਾਰਵਾਈ ਕਰਦੇ ਹਾਂ। ਇਹ ਕਾਫੀ ਦੇਰ ਤੋਂ ਕੰਮ ਕਰ ਰਿਹਾ ਸੀ ਜੀ, ਪਿੱਛੋਂ 3-4 ਸਾਲਾਂ ਤੋਂ ਤਾਂ ਕਰ ਹੀ ਰਹੇ ਜੀ, 2.5-3 ਸਾਲ ਪਹਿਲਾਂ।